ਸਸਿਕਾ ਲਈ ਸਵਾਗਤ ਕਰਦੇ ਜੀ ਸਾਰਿਆਂ ਦਾ ਪੀਵੀ ਗਿਆਨ ਚੈਨਲ ਸੋ ਹਾਜ਼ਰ ਹੋਏ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਸੋ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੀ 31 ਜੁਲਾਈ ਦੇ ਪੰਜਾਬ ਹਰਿਆਣਾ ਗੁਰਜਰਾਤਨ ਦੇ ਮੌਸਮ ਦੀ ਸੋ ਮੌਸਮ ਭਾਗ ਵੱਲੋਂ ਪੰਜਾਬ ਤੇ ਹਰਿਆਣਾ ਲਈ ਵੱਡਾ ਲਟ ਜਾਰੀ ਹੋ ਚੁੱਕਾ ਜੀ بارش ਦਾ ਸੋ 31 ਜੁਲਾਈ ਨੂੰ ਬਹੁਤ ਭਾਰੀ بارش ਦੇਖਣ ਨੂੰ ਮਿਲ ਸਕਦੀ ਹੈ ਜੀ ਤੇ ਸੋ ਪੂਰੀ ਜਾਣਕਾਰੀ ਦਵਾਂਗੇ ਕਿਹੜੇ ਇਲਾਕਿਆਂ 'ਚ ਹਲਕਾ ਤੇ ਦਰਮਿਆਨਾ ਵੀ ਪੈ ਸਕਦਾ ਹੈ ਤੇ ਕਿਹੜੇ ਇਲਾਕਿਆਂ 'ਚ ਭਾਰੀ ਵੀ ਪੈ ਸਕਦਾ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਦਾ ਬਣਾ ਜ਼ਰੂਰ ਦਬਾਓ ਤਾਂ ਨੂੰ ਸਾਡੇ ਹਰ ਦਿਨ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਿਗੇ ਚਲੋ ਸਭ ਤੋਂ ਪਹਿਲਾਂ ਆਪਾਂ ਦਿਨ ਦੀ ਗੱਲ ਕਰਦੇ ਹਾਂ ਜੀ ਸੋ ਦਿਨ ਚੜਨ ਦਾ ਸਮਾਂ ਹੈਗਾ ਜੀ 5:47 ਮਿੰਟ ਦਾ ਤੇ ਸੂਰਜ ਛਿਪੰਦਾ ਸਮਾਂ ਹੈਗਾ ਜੀ 7:17 ਮਿੰਟ ਦਾ ਸੋ ਜੇਕਰ ਹੁਣ ਆਪਾਂ ਗੱਲ ਕਰੀ ਸੋ ਰਾਜਸਥਾਨ ਦੇ ਗੰਗਾ ਨਗਰ, ਹਰਾਈ ਸਿੰਘ ਨਗਰ, ਪਰਮਪੁਰ, ਜੈਪੂਰ ਇਹ ਤਿੰਨਾਂ ਦੇ ਨਾਲ ਦੇ ਇਲਾਕਿਆਂ 'ਚ ਜਿਹੜਾ ਕਿ ਹਲਕਾ ਤੇ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਸੋ 40% ਜਿਹੜਾ ਚਾਂਸਸ ਹੈਗੇ ਨੇ ਮੀਂਹ ਪੈਣ ਦੀ ਸੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੀ ਸੋ ਪੰਜਾਬ ਦਾ ਅੰਮ੍ਰਿਤਸਰ, ਅਜੀਨਾਲਾ, ਬਟਾਲਾ, ਬਾਬਾ ਬਕਾਲਾ, ਤਰਨਤਨ ਸਾਹਿਬ, ਪੱਟੀ, ਦਸੂਆ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਪਠਾਨਕੋਟ, ਗਾੜੀ ਸ਼ੰਕਰ, ਨਵਾਂ ਸ਼ਹਿਰ, ਮਾਹਿਲਪੁਰ, ਫਗਵਾੜਾ गुराया नकोदर लुधियाना समराला रूपनगर चंडीगढ़ डेराबसी मनूर राजपुरा नाभा समाणा सरदार संगरूर धुरी मलेरकोट अहमदगढ़ रायकोट जगराओं चक्कर बदौर बरनला बठिंडा नथाणा कोटकपुरा श्री मुकसर साहब संगत अबोर फाजिलका ਮੱਚਵੜਾ ਸਾਹਿਬ ਜੀਰਾ ਮੋਗਾ ਮਕੂ ਫਰੋਈਪੁਰ ਇਹ ਤੇ ਇਹਨਾਂ ਦੇ ਨਾਮ ਲੱਗਦੇ ਇਲਾਕਿਆਂ 'ਚ ਜਿਹੜਾ ਹੈ ਕਿ 31 ਜੁਲਾਈ ਨੂੰ ਲਗਭਗ ਸਾਰਾ ਦਿਨ ਪੂਰੀ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜੀ ਸਾਰਾ ਦਿਨ ਤੇਜ਼ ਬਾਰਿਸ਼ ਚੱਲਦੀ ਰਹੇਗੀ ਤੇ ਨਾਲ ਜਿਹੜਾ ਹੈ ਕਿ ਬੱਦਲ ਗਰਜ ਜਿਹੜਾ ਬਣੀ ਰਹੇਗੀ ਸੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਹਰਿਆਣਾ ਦੀ ਤੇ ਹਰਿਆਣਾ ਦਾ ਫਰੀਦাবাদ ਜਿੰਦ ਨਿਰਵਾਣਾ ਉਕਲਾਣਾ ਹਜ਼ਾਰ ਮਹਿਮ ਸ਼ਿਵਾਨੀ ਬਿਵਾਨੀ ਯਮੁਨਾ ਨਗਰ ਕਰਨਲ ਪਾਣੀਪਤ ਨਾਲੈਦੰਬ ਵਾਲਾ ਸੋ ਇਹ ਤੇ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਸਵੇਰ ਵੇਲੇ ਪੰਜਾਬ ਦੇ ਵਾਂਗ ਹੀ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਤੱਕ ਕਿਹੜਾ ਹੈ ਕਿ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਜੀ ਸੋ ਪੰਜਾਬ ਤੇ ਹਰਿਆਣਾ ਦੇ ਵਿੱਚ ਪੂਰੇ ਫੁੱਲ ਚਾਂਸਸ ਨੇ ਸੋ ਮੌਸਮ ਭਾਗ ਵੱਲੋਂ ਵੀ ਵੱਡਾ ਲਟਿਆਰੀ ਹੋ ਚੁੱਕਾ ਹੈ ਜੀ ਤੇ ਬਹੁਤ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਹੈ ਸੋ ਇਹ ਸੀ ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਜਿਵੇਂ ਆਪਾਂ ਨੂੰ ਮੌਸਮ ਭਾਗ ਵੱਲੋਂ ਕੋਈ ਨਵੀਂ ਅਪਡੇਟ ਮਿਲਦੀ ਹੈ ਉਹੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਦੇ ਹਾਂ ਸੋ ਜੋ ਆਪਾਂ ਨੂੰ ਜੋ ਵੀ ਮੌਸਮ ਭਾਗ ਵੱਲੋਂ ਜਿਹੜੀ ਕਿ ਅਪਡੇਟ ਮਿਲਦੀ ਹੈ ਉਹ ਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆਂ ਸੋ ਬਾਕੀ ਕੁਝ ਇਲਾਕਿਆਂ 'ਚ ਸਵੇਰ ਵੇਲੇ ਮੀਂਹ ਪੈ ਸਕਦਾ ਹੈ ਕੁਝ ਇਲਾਕਿਆਂ 'ਚ ਸ਼ਾਮ ਵੇਲੇ ਮੀਂਹ ਪੈ ਸਕਦਾ ਹੈ ਤੇ ਕੁਝ ਇਲਾਕਿਆਂ 'ਚ ਦੁਪਹਿਰ ਵੇਲੇ ਮੀਂਹ ਪੈ ਸਕਦਾ ਹੈ ਸੋ ਇਸ ਤਰ੍ਹਾਂ ਜਿਹੜਾ ਹੈ ਕਿ 31 ਜੁਲਾਈ ਨੂੰ ਭਾਰੀ ਬਾਰਿਸ਼ ਦੇਖ ਨੂੰ ਮਿਲ ਸਕਦਾ ਹੈ ਜੀ ਸਾਰੇ ਇਲਾਕਿਆਂ ਦੇ ਵਿੱਚ ਸੋ ਬਾਕੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡਾ ਚੈਨਲ ਨਵਾਂ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਬ按 ਜ਼ਰੂਰ ਦਬਾ ਦਿਓ ਤਾਂ ਕਿ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ